ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੰਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ हाजिर हो चुके हैं थोड़ा अपना फेवरेट शो जिदा नाम है कंटीनी। अज मैं पहुंचा जी SBS कॉलेज ऑफ नर्सिंग सोहिया करा जो कि अमृतसर के पैदा ते ठीक ठाक हो चूड़ी छनके ये बिंदिया चमके तिने आओ जी तिने क्या बात है। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਮਲਿਕਜੀਤ ਹੈ। ਮਲਿਕਜੀਤ? ਹਾਂਜੀ। ਐਪਲ ਦਾ ਆਈਫੋਨ ਰੱਖਿਆ ਬਹੁਤ ਵਧੀਆ। ਤੇ ਸਰਦਾਰ ਸਾਹਿਬ ਦਾ ਕੀ ਨਾਮ ਹੈ ਜੀ? ਹਰਜੀਤ ਸਿੰਘ। ਹਰਜੀਤ ਸਿੰਘ ਕਦੋਂ ਹੋਇਆ ਜੀ ਵਿਆਹ? ਮੈਂ 1 ਇਅਰ ਹੋ ਗਿਆ ਮੈਰਿਜ। 1 ਇਅਰ ਹੋ ਗਿਆ। ਹਾਂਜੀ। ਸਭ ਤੋਂ ਤਾਜ਼ਾ ਵਿਆਹ ਕਿਦਾ ਹੋਇਆ ਜੀ? ਤਾਜ਼ਾ ਅੱਛਾ ਇੱਧਰ ਨਵੇਂ ਇਹ। ਹਾਂਜੀ। ਤੁਹਾਨੂੰ 1 ਸਾਲ ਹੋ ਗਿਆ ਜੀ? ਤੁਹਾਡਾ ਜੀ 7 ਮੰਥਸ। ਤੁਹਾਡਾ 7 ਮਹੀਨੇ। ਤੁਹਾਡੇ ਜੀ 3 ਮੰਥਸ। ਪਾਰਟੀ ਪਾਰਟੀ ਇੱਧਰ ਖੁਸ਼ੀਆਂ ਬਹੁਤ ਹੈ। ਮੈਂ ਤਾਂ ਅੱਜ ਨਵੀਂ ਹੋਈ ਹੈ ਤੇ ਤੁਸੀਂ ਆਪਣੇ ਸਰਦਾਰ ਸਾਹਿਬ ਦੀ ਥੋੜੀ ਥੋੜੀ ਐਕਟਿੰਗ ਲਾਉਣੀ ਹੈ ਵੀ ਘਰੇ ਉਹ ਕਿਵੇਂ ਬੋਲਦੇ ਆ ਜਾਂ ਕਿਵੇਂ ਉਹਨਾਂ ਦਾ ਨੇਚਰ ਹੈ ਥੋੜਾ ਦੱਸਣਾ। ਮੇਰੇ ਹਸਬੈਂਡ ਕੈਨੇਡਾ ਵਾ ਤੇ ਇਸ ਕਰਕੇ ਜ਼ਿਆਦਾ ਸਭ ਫੋਨ 'ਤੇ ਹੀ ਗੱਲ ਹੁੰਦੀ ਆ। ਮੈਂ ਫੋਨ ਦੀ ਐਕਟਿੰਗ ਦੱਸੂੰਗੀ ਉਹਨਾਂ ਦੀ। ਹਾਂਜੀ ਐ ਕਰੋ ਤੁਸੀਂ ਸਰਦਾਰ ਸਾਹਿਬ ਬਣੋ ਜੀ। ਓਕੇ। ਮੈਂ ਤੁਸੀਂ ਬਣਨਾ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮਲਿਕ। ਹਾਂ ਮੈਂ ਮਲਿਕ ਬਣਦਾ ਜੀ। ਹਾਂਜੀ। ਤੁਸੀਂ ਸਰਦਾਰ ਸਾਹਿਬ? ਓਕੇ ਜੀ। ਠੀਕ ਹੈ ਜੀ। ਫੋਨ ਵੀ ਬਾਹਰੋਂ ਆ ਰਿਹਾ। ਹੈਲੋ। ਹੈਲੋ। ਮੈਂ ਤੁਹਾਨੂੰ ਦੱਸਾਂ ਹਾਂ ਅੱਛਾ ਅੱਛਾ ਹੋਰ ਨਾਲੇ ਮੈਂ ਨਾ ਇੱਕ ਗੱਲ ਕਹਿਣੀ ਸੀ ਉਹ ਤੁਹਾਡੀ ਮੰਮੀ ਨੇ ਨਾ ਅੱਜ ਨਾ ਲੂਣ ਆਪਾ ਤਾਂ ਨਾ ਮੇਰੇ ਸ਼ਾਮ ਨੂੰ ਗੱਲ ਕਰਦੇ। ਓਕੇ ਓਕੇ ਬਾਏ ਬਾਏ। ਸਾਡਾ ਚਿੜੀਆਂ ਦਾ ਚੰਬਾ ਵੇ ਬਸ ਇਹ ਤਾਂ ਹਟਣੀ ਨਾ। ਪਹਿਲਾਂ ਜਦ ਕੁੜੀਆਂ ਵਿਆਹੀਆਂ ਜਾਂਦੀਆਂ ਸੀਗੀਆਂ ਬਾਕੀ ਰੋਂਦੀਆਂ ਸੀ ਹਨਾ ਵੀ ਆਹ ਮੰਮੀ। ਅੱਜ ਕੱਲ੍ਹ ਦੀਆਂ ਮਾੜੇ ਹੰਝੂ ਕੱਢ ਕੇ ਉਹ ਮੇਕਅਪ ਖਰਾਬ ਹੋ ਗਿਆ। ਅੱਜ ਕੱਲ੍ਹ ਕਾਹਦੇ ਰੋਣੇ। ਚਲੋ ਠੀਕ ਹੈ ਵਧੀਆ ਮਾਡਰਨਾਈਜੇਸ਼ਨ ਹੋ ਗਈ ਜੀ ਸਾਰੇ ਪਾਸੇ। ਤੇ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਜੀ? ਵਧੀਆ। ਸਰਦਾਰ ਸਾਹਿਬ ਠੀਕ ਜੀ? ਫੈਮਿਲੀ ਵਧੀਆ ਮਿਲੀ ਜੀ? ਹਾਂਜੀ ਬਹੁਤ ਵਧੀਆ ਬਹੁਤ ਵਧੀਆ। ਕਿਹੜੀਆਂ ਕਿਹੜੀਆਂ ਆਈਟਮਾਂ ਸੀਗੀਆਂ ਜੀ ਵਿਆਹ ਤੇ? ਕੀ ਕੁਝ ਰੱਖਿਆ ਸੀਗਾ ਜੀ ਖਾਣ ਪੀਣ? ਸਿੰਪਲ ਮੈਰਿਜ ਸੀ ਬਟ ਵਧੀਆ ਸੀ। ਸਿੰਪਲ ਸੀ? ਬ੍ਰੈਡ ਪਕੌੜੇ ਖਾ ਕੇ ਸਰਪੇ? ਨਹੀਂ ਨਹੀਂ ਸਭ ਕੁਝ ਐ ਤਾਂ ਸੀਗਾ ਜੀ। ਦਾਲ ਪਨੀਰ ਤਾਂ ਮੈਂ ਹੋ ਮੈਂ ਖਾਦਾ ਨਹੀਂ ਮੈਨੂੰ ਮਿਲਿਆ ਨਹੀਂ। ਉਹ ਕਿਹੜਾ ਪੁੱਛਦਾ ਜੀ ਚਾਹ ਹੀ ਹੁੰਦਾ ਰਿਸ਼ਤੇਦਾਰੀ ਖਾਂਦੇ ਜੀ ਸਾਰੇ। ਹਾਂਜੀ। ਤੇ ਤੁਸੀਂ ਗੀਤ ਸੁਣਾਓ ਜੀ। ਥੋੜਾ ਤੋਂ ਗੀਤ ਸੁਣੂਗਾ ਮੈਂ। ਕਾਲਜ ਵਿੱਚ ਪੜਨਾ ਵੀ ਏ ਹੋਂਡੇ ਤੇ ਚੜਨਾ ਵੀ ਏ ਕਾਲਜ ਵਿੱਚ ਪੜਨਾ ਵੀ ਏ ਹੋਂਡੇ ਤੇ ਚੜਨਾ ਵੀ ਏ ਮਿੱਤਰਾਂ ਨੇ ਟੋਰਾਂ ਕੱਢ ਕੇ ਮੋੜਾਂ ਤੇ ਖੜਨਾ ਵੀ ਏ ਬਸ ਵੀ ਜ਼ਰੂਰ ਆਪਾਂ ਹੋਣਾ ਕਹਿੰਦੇ ਤੇਲ ਨੀ ਲਾਇਆ ਖੁਸ਼ਕੀ ਆਈ ਹੋਈ ਹੈ। ਤੇਲ ਨੀ ਲਾਇਆ ਖੁਸ਼ਕੀ ਆਈ ਹੋਈ ਹੈ। ਇਹ ਤਾਂ ਮੈਂ ਆ ਕੇ ਵੀ ਨੀ ਆਇਆ ਚਲਾਈ ਹੋਈ ਹੈ। ਕਿਆ ਕਰਨਾ ਵੀਰੇ? ਨਹੀਂ ਨਹੀਂ ਉਹ ਤਾਂ ਕਰਨਾ। ਹੋਰ ਗੀਤ ਸੁਣਾਓ ਵੀਰੇ ਥੋੜਾ ਤੋਂ ਗੀਤ ਸੁਣ। ਪੁਰਾਣੇ ਕੀ ਵਜ੍ਹਾ ਤੂੰ ਹੋ ਗੁਨਗੁਨਾਨੇ ਕੀ ਵਜ੍ਹਾ ਤੂੰ ਹੋ ਓ ਜੀਆ ਜਾਏ ਨਾ ਜਾਏ ਨਾ ਜਾਏ ਨਾ ਓਰੇ ਪੀਆ ਰੇ। ਐਦਾਂ ਬਈ ਬਹੁਤ ਵਧੀਆ ਗਾਇਆ। ਡੇਵਿਡ ਸੀਗੀ ਮੇਰੀ ਸਹੇਲੀ ਮੈਂ ਸੀਗਾ ਗਰੀਬ ਘਰੋਂ
ਮੈਂ ਸੀਗਾ ਮੁੰਡਾ, ਡੈਵਿਡ ਸੀਗੀ ਕੁੜੀ, ਡੈਵਿਡ ਸੀਗੀ ਕੁੜੀ, ਮੈਂ ਸੀ ਮੁੰਡਾ, ਇੰਨਾ ਸਮਝ ਆ ਗਿਆ। ਇੱਧਰੋਂ ਅਮੀਰ ਘਰ ਦਾ ਮੁੰਡਾ ਆਇਆ ਵਿੱਚ ਪ੍ਰੇਮ ਕਹਾਣੀ ਦੇ ਵਿੱਚ, ਏਦਾਂ ਨਹੀਂ ਨਹੀਂ ਗੱਡੀ 'ਤੇ ਆ, ਗੱਡੀ 'ਤੇ, ਗੱਡੀ 'ਤੇ ਆਇਆ, ਉਹ ਮੇਰੇ ਵਾਲੀ ਡੈਵਿਡ ਲੈ ਗਿਆ ਪੈਸੇ ਦੇ ਜ਼ੋਰ 'ਤੇ, ਲੈ ਗਿਆ। ਹੁਣ ਤੁਸੀਂ ਦੋਵੇਂ ਨਹੀਂ ਡੇਟ 'ਤੇ ਬੈਠੇ ਹੋ, ਪੀਜ਼ਾ ਖਾ ਰਹੇ ਹੋ, ਜਿੱਥੇ ਮਰਜ਼ੀ ਬੈਠੇ ਹੋ, ਇੱਧਰੋਂ ਮੈਂ ਆ ਗਿਆ, ਮੈਨੂੰ ਤਾਂ ਹੁਣ ਪੈਣਾ ਹੀ ਨਹੀਂ, ਮੈਂ ਹੈਂ ਯੱਬ ਪੈ ਗਿਆ। ਹੈਲੋ, ਹੈਲੋ, ਹਾਂ ਕੀ ਹਾਲ ਆ? ਵਧੀਆ, ਠੀਕ ਆ। ਹਾਂ ਤੂੰ ਪਹਿਲਾਂ ਕੁਛ ਛੱਡਿਆ ਸੀ? ਮਰ ਜਾਣਾ ਹੈ ਨਾ, ਖਤਮ ਉਤਰਾ ਜਾ। ਚੱਲ ਛੱਡ, ਤੂੰ ਉਹਦੀ ਗੱਲ, ਕੀ ਖਾਓਗੇ? ਕੁਝ ਨਹੀਂ ਖਾਣਾ। ਹੈਂ ਭਾਈ, ਕਿੱਥੋਂ ਆ ਗਿਆ ਨਾ ਖੱਤਾ? ਹਾਏ, ਤੂੰ ਹੀ ਬੁਲਾਇਆ ਹੋਣਾ, ਮੈਨੂੰ ਕਟਾਉਣ ਲਈ ਬੁਲਾਇਆ ਹੋਣਾ। ਨਹੀਂ ਮੈਂ ਕੱਲ ਹੀ ਬੁਲਾਉਣਾ, ਤੇ ਹੋਰ ਕੀ ਆ, ਮੈਂ ਇੰਨਾ ਤੈਨੂੰ ਕਰਦਾ, ਤੂੰ ਕੀ ਕਰਦੀ ਆ? ਇਹਦੇ ਮਸਾ ਖੜਾ ਛੜਾਇਆ ਸੀਗਾ। ਹਾਏ, ਰਾਣ ਜੀ ਸਾਂਭ ਲਵੋਗੇ? ਸਾਂਭ ਲਵਾਂਗਾ, ਤੇਰੇ ਕੋਲ ਸਾਂਭ ਹੀ ਨਹੀਂ ਗਈ। ਜਿਹੜੀ ਪਹਿਲਾਂ ਚਾਰਾਂ ਕਲੋਣੀ ਸਾਂਭੀ ਗਈ, ਪੰਜਵਾਂ ਕਿਵੇਂ ਸਾਂਭੀ? ਚਾਰ ਚਾਰ, ਮੈਂ ਪੰਜਵਾਂ ਜਾ ਪਰੇ ਚਾ, ਤੁਸੀਂ ਦੋਨੋਂ ਮਰੋ, ਮੈਂ ਹੋਰ ਲੱਭ ਲੈਂਦੀ। ਕਿਊਟ ਹੈ ਨਾ ਪਪੀਤਾ? ਕੀ ਹਾਲ ਚਾਲ ਜੀ? ਵਧੀਆ। ਕਿੱਥੋਂ ਬਿਲੋਂਗ ਕਰਦੇ ਹੋ? ਅੰਮ੍ਰਿਤਸਰ। ਅੰਮ੍ਰਿਤਸਰ ਤੋਂ? ਕਿੱਕਲੀ ਪਾਉਣੀ ਹੈ ਮੇਰੇ ਨਾਲ? ਮੈਂ ਨਹੀਂ ਪਾਣੀ ਨਾ, ਮੈਂ ਪਾਣੀ। ਚਲੋ ਠੀਕ ਹੈ, ਠੀਕ ਹੈ। ਕਿੱਕਲੀ ਕਿੱਕਲੀ ਆਪਣੇ ਦੱਸ ਦਿਆ ਕਰੋ, ਉਹੀ ਬਹੁਤ ਹੈ। ਮੇਰਾ ਬੀਐਸਸੀ ਨਰਸਿੰਗ ਹੈ। ਬੀਐਸਸੀ ਨਰਸਿੰਗ ਕਿੰਨੇ ਸਾਲ ਹੈ ਜੀ? ਪਹਿਲਾ ਹੀ ਹੈ। ਪਰਿਵਾਰ 'ਚ ਕੌਣ ਕੌਣ ਹੈ ਜੀ? ਮੰਮਾ ਪਾਪਾ ਐਂਡ ਦੋ ਬ੍ਰਦਰ ਨੇ, ਦਾਦੂ ਨੇ ਔਰ ਦਾਦੀ ਜੀ ਨੇ। ਠੀਕ ਹੈ ਜੀ, ਠੀਕ ਹੈ ਜੀ। ਦੋਨੋਂ ਬ੍ਰਦਰ ਦੇ ਵਿੱਚੋਂ ਤੁਹਾਡੇ ਨਾਲ ਜ਼ਿਆਦਾ ਕਿਹੜਾ ਲੜਦਾ? ਮੇਰੇ ਨਾਲ ਮੇਰਾ ਛੋਟਾ ਬ੍ਰਦਰ। ਛੋਟਾ ਬ੍ਰਦਰ ਲੜਦਾ? ਹਾਂਜੀ। ਕਿਹੜੀ ਗੱਲ ਤੋਂ ਵੱਧ ਲੜਾਈ ਹੁੰਦੀ ਤੁਹਾਡੀ? ਟੀਵੀ ਤੇ ਰਿਮੋਟ ਤੋਂ ਜ਼ਿਆਦਾ ਹੁੰਦੀ ਹੈ। ਉਹ ਕੀ ਕਹਿੰਦਾ ਜੀ? ਕਾਰਟੂਨ ਦੇਖਨੇ ਆ। ਇਹ ਕਹਿੰਦੀ ਗੱਡੀ ਨਿਮੜੀ ਲਾਓ, ਗੱਡੀ ਨਿਮੜੀ ਲਾਓ। ਬਿਲਕੁਲ ਸਹੀ। ਥੈਂਕ ਯੂ, ਥੈਂਕ ਯੂ, ਨਹੀਂ ਕੋਈ ਚੱਕਰ ਨਹੀਂ। ਗੀਤ ਸੁਣਾਓ ਜੀ ਫਿਰ। ਮੇਰੇ ਛੋਟੇ ਛੋਟੇ ਖਾਬ ਹੈ, ਖਾਬੋਂ ਮੇਂ ਗੀਤ ਹੈ, ਗੀਤੋਂ ਮੇਂ ਜ਼ਿੰਦਗੀ ਹੈ, ਚਾਹਤ ਹੈ ਪ੍ਰੀਤ ਹੈ, ਅਭੀ ਮੈਂ ਨਾ ਦੇਖੂ ਖਾਬ ਵੋ ਜਿਨ ਮੇਂ ਨਾ ਤੂੰ ਮਿਲੇ, ਯੇ ਖੋਲੇ ਹੋਂਟ ਮੈਨੇ, ਅਬ ਤੱਕ ਥੇ ਜੋ ਸੀਏ, ਇਤਨਾ ਨਾ ਮੁਝਕੋ ਮੁਝ ਪੇ, ਜਿਤਨਾ ਇਸ ਦਿਲ ਕੋ ਤੁਝ ਪੇ, ਹੋਨੇ ਲਗਾ ਕੱਦ ਵੀ ਲੰਬਾ ਨਾਲੇ ਨਖਰੇ ਦਿਖਾਉਂਦੀ ਆ, ਉਹ ਕੱਦ ਵੀ ਲੰਬਾ ਨਾਲੇ ਨਖਰੇ ਦਿਖਾਉਂਦੀ ਆ, ਧਿਆਨ ਨਾਲ ਵੇਖਿਆ ਮੈਂ ਜੂ ਤੁਰੀ ਆਉਂਦੀ ਆ। ਹੋਰ ਸੁਣਾਓ ਜੀ, ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਮੈਥੇ ਤੋਂ। ਅਸੀਂ ਨਹੀਂ ਜੀ, ਆਪਣਾ ਦੱਸੋ ਕੱਲਿਆ। ਮੈਂ ਮੈਥੇ ਤੋਂ। ਹਾਂਜੀ, ਮੈਂ ਮੈਥੇ ਤੋਂ। ਠੀਕ ਹੈ ਜੀ, ਠੀਕ। ਅਤੇ ਕੀ ਸ਼ੌਂਕ ਕੀ ਤੁਹਾਡੇ? ਸਾਰੇ ਨਹੀਂ, ਜੂਆਂ ਜਾਣ ਤੋਂ ਇਲਾਵਾ। ਜੂਆਂ ਪਾਲਣੀਆਂ ਇੱਕ ਬਹੁਤ ਵੱਡੀ ਸੇਵਾ ਹੈ, ਵੀ ਆਪਾਂ ਕਿਸੇ ਨੂੰ ਘਰ ਲੈ ਕੇ ਦਿੱਤਾ ਹੋਇਆ, ਕਿਸੇ ਨੂੰ ਪਲਾਟ ਲੈ ਕੇ ਦਿੱਤਾ ਹੋਇਆ, ਕਿਸੇ ਨੂੰ ਰਿਹਾਇਸ਼ ਦੇਣੀ, ਕਿਸੇ ਨੂੰ ਪਨਾਹ ਦੇਣੀ, ਬਹੁਤ ਵੱਡੀ ਸੇਵਾ ਹੁੰਦੀ ਹੈ, ਇਹ ਵੀ ਬਹੁਤ ਵਧੀਆ ਕੰਮ ਹੈ। ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਚਾਹੁੰਗੇ ਜੀ? ਗਾਉਣ ਦਾ, ਮਮਿਕਰੀ ਦਾ, ਡਾਂਸ ਕਰ ਲਈਦਾ? ਡਾਂਸ ਕਰ ਲਈਦਾ, ਤਾਂ ਆਪਾਂ ਦੋਵੇਂ ਡਾਂਸ ਕਰਾਂਗੇ ਜੀ। ਇੱਥੇ ਆ ਜਾਓ, ਠੀਕ ਹੈ? ਤੁਸੀਂ ਗੀਤ ਗਾਇਓ ਜੀ। ਸਤਿ ਸ਼੍ਰੀ ਅਕਾਲ।
ਸ਼ਹੀਦ ਭਗਤ ਸਿੰਘ ਭਾਰਤ ਨੂੰ ਯਾਦ ਕਰਾ ਗਿਆ ਏ ਸ਼ਹੀਦ ਭਗਤ ਸਿੰਘ ਭਾਰਤ ਨੂੰ ਯਾਦ ਕਰਾ ਗਿਆ ਏ ਭਾਰਤ ਦੀ ਗੁਲਾਮੀ ਨੂੰ ਨੱਤ ਪਾ ਗਿਆ ਏ ਭਾਰਤ ਦੀ ਗੁਲਾਮੀ ਨੂੰ ਨੱਤ ਪਾ ਗਿਆ ਏ ਇਸੇ ਲਈ ਸਕੂਲਾਂ ਕਾਲਜਾਂ ਤੇ ਆਪਣਾ ਨਾਂ ਲਿਖਾ ਗਿਆ ਏ ਇਸੇ ਲਈ ਸਕੂਲਾਂ ਕਾਲਜਾਂ ਤੇ ਆਪਣਾ ਨਾਂ ਲਿਖਾ ਗਿਆ ਏ ਇਸੇ ਲਈ ਭਗਤ ਸਿੰਘ ਤੇਰੀ ਯਾਦ ਨੂੰ ਯਾਦ ਕਰਦਿਆਂ 2008 ਵਿੱਚ SBS ਕਾਲਜ ਆ ਗਿਆ ਏ ਇਸੇ ਲਈ ਭਗਤ ਸਿੰਘ ਤੇਰੀ ਯਾਦ ਨੂੰ ਯਾਦ ਕਰਦਿਆਂ 2008 ਵਿੱਚ ਸੋਹੀਆਂ ਕਲਾਂ 'ਚ SBS ਆ ਗਿਆ ਏ ਥੈਂਕ ਯੂ ਸੋ ਮਚ ਪਰਿਵਾਰ ਸਿਸਟਰ ਮੈਰਿਡ ਹੈ ਜੀ ਹਾਂਜੀ ਚਲੋ ਠੀਕ ਹੈ ਜੀ ਐਂ ਹੈ ਜੀ ਜੀਜਾ ਜੀ ਦੀ ਹੋ ਗਈ ਜੀ ਪ੍ਰਮੋਸ਼ਨ ਤੁਸੀਂ ਕਰਨੀ ਜੀ ਡਿਮਾਂਡਾਂ ਫੋਨ ਲਾਓ ਜੀ ਜੀਜਾ ਜੀ ਨੂੰ ਜੀਜਾ ਜੀ ਮੂਹਰੇ ਇੱਧਰ ਐਂ ਚੱਕਣਗੇ ਰਿੰ 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 ਚੱਕ ਵੀ ਲਓ ਹੁਣ ਦੇਖਣ ਦਾ ਦੇ ਪਹਿਲਾਂ ਰਿੰ 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 ਇਹਦਾ ਕਿੱਧਰੋਂ ਆ ਗਿਆ ਜੀ ਇੱਕ ਤੇ ਦੂਜੀ ਵਾਰੀ ਪਤਾ ਨਹੀਂ ਲੱਗਿਆ ਨਹੀਂ ਤੂੰ ਬੈਲ ਮਾਰ ਰਿੰ 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 ਹੈਲੋ ਹੈਲੋ ਜੀਜੂ ਦੀਦੀ ਨੇ ਦੱਸੋ ਫੋਨ ਕੀਤਾ ਹਾਂਜੀ ਪ੍ਰਮੋਸ਼ਨ ਹੋ ਗਈ ਥੈਂਕ ਯੂ ਸੋ ਮਚ ਮੈਨੂੰ ਇੱਕ ਆਈਫੋਨ ਲੈ ਦਿਓ ਹੈਲੋ ਮਾਰਨੀ ਫੋਰਨ ਜਾਣਾ ਖਾ ਖਾ ਕੇ ਠੇਡੇ ਪਹੁੰਚ ਜਾਂਗੇ ਕੈਨੇਡਾ ਇਦਾਂ ਹੀ ਜੀ ਮੈਂ ਕੀ ਸ਼ੌਂਕ ਕੀ ਸੁਣਾਉਂਗੀ ਕੁਛ ਹਾਂਜੀ ਟੱਪਾ ਬੋਲਾਂਗੀ ਸੁਣਾਓ ਜੀ ਸੁਣਾਓ ਹੋਰ ਵੀ ਕਰਾਂਗੇ ਪਰ ਹੁਣ ਜਿਹੜਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਜਾਂਦੇ ਵੀ ਹੁੰਦੇ ਜਦੋਂ ਨਹੀਂ
ਟਿਊਨ ਕਿੱਥੋਂ ਸਿੱਖਿਆ ਜੀ ਤਰਜ? ਮੈਂ ਵੀ ਨਾਲ ਜਾਣਾ ਇਹ ਪੱਲੇ ਦਾ ਆਉਂਦਾ ਹੁੰਦਾ ਸੀਗਾ ਕਮੇਡੀ ਸ਼ੋ। ਪਰਿਵਾਰ ਚ ਕੌਣ ਕੌਣ ਹੈ ਜੀ? ਮੰਮੀ ਪਾਪਾ ਦੋ ਬ੍ਰਦਰ ਮੈਂ। ਜ਼ਿਆਦਾ ਮੰਮੀ ਨਾਲ ਬਣਦੀ ਹੈ ਡੈਡੀ ਨਾਲ? ਪਾਪਾ ਨਾਲ। ਪਾਪਾ ਨਾਲ ਵਧੀਆ ਬਣਦੀ ਹੈ। ਮੰਮੀ ਕਈ ਵਾਰ ਮੰਮਾ ਨਾਲ ਵੀ ਬਣਦੀ ਹੈ। ਮੈਨੂੰ ਪਤਾ ਮੰਮੀ ਟੀਵੀ ਦੇਖ ਰਹੀ ਹੈ ਵੀ ਮੰਮਾ ਨਾਲ ਵੀ ਬਣਦੀ ਹੈ। ਹਾਂ ਸਪੋਜ਼ ਕਰੋ ਵੀ ਤੁਸੀਂ ਕੋਈ ਡਿਮਾਂਡ ਰੱਖੀ, ਬੇਬੇ ਨੇ ਮੰਨੀ ਨਹੀਂ, ਮੈਂ ਤੁਹਾਡੀ ਬੇਬੇ ਬਣਦੀ ਹਾਂ ਜੀ। ਠੀਕ ਹੈ ਜੀ। ਤੁਸੀਂ ਡਿਮਾਂਡ ਰੱਖੀ ਸੀਗੀ ਆਈਫੋਨ ਦੀ? ਹਾਂਜੀ। ਡਨ, ਠੀਕ ਹੈ। ਮੰਮੀ ਮੈਨੂੰ ਆਈਫੋਨ ਚਾਹੀਦਾ ਵਾ। ਸ਼ਕਲ ਦੇਖੀ ਦੁਨੀਆ ਜੀ, ਆਪਾਂ ਅੰਡੇ ਕਿ ਨਹੀਂ ਕਰਨੇ ਸਾਹਿਬ? ਉਹ ਮੈਂ ਕਰ ਦੂੰ ਬਾਅਦ ਚ। ਕਰ ਦੂੰ ਬਾਅਦ ਚ। ਨਾ ਤੂੰ ਕੱਪੜੇ ਧੋਵੇਂ, ਨਾ ਤੂੰ ਭਾਂਡੇ, ਆਈਫੋਨ ਚਾਹੀਦੇ। ਮੇਰੀ ਜਿੱਦਾਂ ਕੀ ਪੂਰੀ ਹੋਣੀ ਚਾਹੀਦੀ ਯਾਰ। ਕਿਉਂ ਫਸਟ ਆਈ ਹੈ? ਹਾਂਜੀ। ਪਿੱਛੋਂ ਜਿੱਥੋਂ ਵੀ ਆਈ ਆਈ ਤਾਂ ਹੈਗੀ। ਨਾ ਪੁੱਤ, ਪਤਾ ਕਿਆ ਪੜਿਆ ਕਰ, ਲੋਕਾਂ ਦੇ ਨਿਆਣੇ ਮੈਂ ਨਲਾਇਕ ਤੂੰ ਨਲਾਇਕ ਦੇਖੇ, ਤੂੰ ਬਹੁਤ ਹੀ ਨਲਾਇਕ, ਥੋੜਾ ਜਿਹਾ ਤਾਂ ਪੜਿਆ ਕਰ। ਗੀਤ ਆਉਂਦੇ ਤੁਹਾਨੂੰ? ਨਹੀਂ ਜੀ। ਕੀ ਆਉਂਦੇ ਤੁਹਾਨੂੰ? ਡਾਂਸ। ਡਾਂਸ ਡਾਂਸ ਕਰੂੰਗਾ ਮੈਂ। ਗੀਤ ਗਾਉਣਾ? ਉਹ ਮੈਂ ਨਹੀਂ ਲੈ ਕੇ ਦੇਣਾ, ਨਹੀਂ ਮੈਂ ਨਹੀਂ ਲੈ ਕੇ ਦੇਣਾ, ਮੈਂ ਨਹੀਂ ਲੈ ਕੇ ਦੇਣਾ, ਮੈਂ ਨਹੀਂ ਲੈ ਕੇ। ਨਲੈਕੋ ਨੇ ਮੰਗਿਆ ਆਈਫੋਨ, ਨਲੈਕੋ ਨੇ ਮੰਗਿਆ ਆਈਫੋਨ, ਮੈਂ ਨਹੀਂ ਲੈ ਕੇ ਦੇਣਾ। ਆਓ ਜੀ, ਆਓ ਆਜੋ ਜੀ, ਆਜੋ, ਤੂੰ ਆ ਜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤਿਲਕਦੇ ਜੀ ਪੈਰ। ਕੀ ਨਾਮ ਹੈ ਤੁਹਾਡਾ? ਪਰਮਿੰਦਰ ਕੌਰ। ਪਰਮਿੰਦਰ ਕੌਰ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ? ਬਟਾਲਾ। ਕੀ ਸ਼ੌਂਕ ਹੈ ਤੁਹਾਡੇ? ਸਿੰਗਿੰਗ। ਸੁਣਾਓ ਜੀ ਫਿਰ ਗੀਤ। ਅੱਖੀਆਂ ਦਾ ਸੁਰਮਾ ਚੰਨ ਵੇ, ਹੰਝੂਆਂ ਦੇ ਰਾਣਾ ਵੇ, ਜੇ ਇਸ਼ਕ ਤੇ ਰਾਤ ਰਾ ਸਜਣਾ ਵੇ, ਕੱਟ ਮੇਰੀ ਜਿੰਦ ਨਾ ਲੈ ਜੇ। ਆਪਾਂ ਗੱਲ ਨਹੀਂ ਕਰਨੀ, ਅੱਖਾਂ ਦੇ ਇਸ਼ਾਰਿਆਂ 'ਚ ਸਮਝਾ ਲੈਣਾ। ਮਨਜ਼ੂਰ ਹੈ? ਇਹਨੂੰ ਤਾਂ ਠੀਕ ਕਰ ਲਓ ਪਹਿਲਾਂ। ਕੀ ਨਾਮ ਹੈ ਜੀ? ਕੋਮਲਜੀਤ ਕੌਰ। ਹਾਂਜੀ, ਕੋਮਲਜੀਤ ਕੌਰ। ਕੋਮਲਜੀਤ ਕੌਰ, ਇਹ ਉੱਤੋਂ ਇਹ ਕਿਉਂ ਦੇਖੀ ਜਾਂਦੀ ਮੈਨੂੰ? ਐਂ ਨਹੀਂ, ਕੋਈ ਦੁਸ਼ਮਣੀ ਮੇਰੇ ਨਾਲ? ਨਹੀਂ। ਹਾਂਜੀ, ਵੈਸੇ ਹੀ ਦੇਖਦੀ ਪਈ। ਵੈਸੇ ਬਹੁਤ ਵਧੀਆ, ਇਹ ਆਦਤ ਹੈ ਜੀ ਕਿ ਹੁਣੀ ਪਾ ਲਈ ਜੀ? ਨਹੀਂ, ਆਦਤ ਨਹੀਂ ਆ। ਕੀ ਸ਼ੌਂਕ ਕੀ ਹੈ ਜੀ? ਇਹ ਤਾਂ ਆਇਆ, ਇਹ ਤਾਂ ਬਹੁਤ ਵਧੀਆ ਸ਼ੌਂਕ ਹੈ ਜੀ। ਹੈ ਜੀ, ਨਹੀਂ ਇਹ ਸ਼ੌਂਕ ਨਹੀਂ ਹੈ। ਕਾਦੀ ਹੋਬੀਜ਼ ਹੈ ਜੀ? ਹੋਬੀਜ਼? ਹੋਬੀਜ਼ ਹੋ ਦੋ 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 ਘਰੇ ਕੀ ਕਰਦੇ ਰਹਿੰਦੇ ਹੁੰਦੇ? ਐਂ ਕਰਦੇ ਹੁੰਦੇ? ਡੈਡੀ ਫੁਲਕਾ ਖਾਣਾ। ਕੀ ਨਾਮ ਤੁਹਾਡਾ? ਜਸ਼ਨਪ੍ਰੀਤ। ਜਸ਼ਨਪ੍ਰੀਤ, ਗੀਤ ਸੁਣਾਓ ਜੀ ਕੋਈ। ਗੀਤ ਗੀਤ ਸੁਣਾਓ ਜੀ, ਕੋਈ ਅਲੱਗ ਜਿਹਾ ਗੀਤ ਸੁਣਾਓ। ਆਉਂਦਾ ਕੋਈ ਸੈਡ? ਨਹੀਂ, ਕਾਮੇਡੀ ਸੌਂਗ ਆਉਂਦਾ। ਹਾਂ ਇਹ ਲਿਆਓ ਜੀ। ਤੇਰੇ ਪਿਆਰ 'ਚ ਪਏ ਵਿਛੋੜੇ ਨੀ, ਮੁੰਡਾ ਟੋਪੇ 'ਚ ਮਾਰੇ ਰੋੜੇ ਨੀ। ਟਾਂ ਟਾਂ ਤੇਰੇ ਪਿਆਰ 'ਚ ਪਏ ਵਿਛੋੜੇ ਨੀ, ਮੁੰਡਾ ਫਿਰ ਲਿਆਂਦਾ ਸੈਂਟਰ ਦੇ ਵਿੱਚ। ਹੁਣ ਇੱਥੇ ਆਪਾਂ ਲੜਾਵਾਂਗੇ ਜੀ, ਸਿਆਣੀ ਬਹੁਤ ਹੈ, ਤੁਸੀਂ ਆਓ ਜੀ। ਇੱਕ ਸਾਡੇ ਵਿੱਚ ਬਹੁਤ ਧੱਕੜ ਭਲਵਾਨ ਪਹੁੰਚ ਚੁੱਕੇ ਨੇ, ਰਮਨ ਪ੍ਰੀਤ। ਪ੍ਰੀਤ
ਸਤਿ ਸ਼੍ਰੀ ਅਕਾਲ ਜੀ ਭਲਵਾਨ ਸਾਹਿਬ ਲਓ ਜੀ ਇਹ ਭਲਵਾਨ ਇੰਨਰ ਹੀ ਲਿਆ ਜੀ ਬਾਹਰ ਕਈ ਧਰਤੀਆਂ ਤੇ ਮੱਲਾਂ ਮਾਰਨ ਤੋਂ ਬਾਅਦ ਤੁਹਾਡੇ ਵਿੱਚ ਪਹੁੰਚ ਚੁੱਕੇ ਨੇ ਹਰ ਸੱਚ ਭੜਕੀ ਲਓ ਜੀ ਆਓ ਜੀ ਹਾਂ ਠੀਕ ਹੈ ਭਲਵਾਨ ਠੀਕ ਤਿਆਰੀ ਹੈ ਜਿੱਤ ਜਾਂਗੀ ਕੀ ਖਾਧਾ ਜੀ ਅੱਜ ਸਵੇਰੇ ਲੂਣ ਵਾਲੀ ਪਰੌਂਠੀ ਚਾਹ ਨਾ ਆਜੋ ਫਿਰ ਤਾੜ ਜੀ ਵਰਲਡ ਕੱਪ ਨੂੰ ਜਿੱਤਣ ਤੋਂ ਬਾਅਦ ਕਿਵੇਂ ਜਿਹਾ ਮਹਿਸੂਸ ਹੋ ਰਿਹਾ ਵਧੀਆ ਹੈ ਜੀ ਮੰਨੀ ਅੱਛਾ ਜੀ ਹੋਰ ਅੱਗੇ 올림픽ਸ ਵੀ ਜਾਓਗੇ ਜੀ ਸੋ ਲਓ ਜੀ ਪੰਜੇ ਜਿਨ੍ਹਾਂ ਨੇ ਜਿੱਤੇ ਉਹਨਾਂ ਨੇ ਨੇਹਰੀਆਂ ਲਿਆਈਆਂ ਵੱਡੀਆਂ ਵੱਡੀਆਂ ਕਬੱਡੀਆਂ ਪਾਈਆਂ ਫੜਕਦੇ ਡੌਲੇ ਜਿਵੇਂ ਹੋਣ ਅੱਗ ਦੇ ਗੋਲੇ ਉਸੇ ਭਲਵਾਨ ਦਾ ਪੇਸ਼ ਕਰਨ ਲੱਗਿਆ ਜੀ ਡਾਂਸ ਆਓ ਭਲਵਾਨ ਜੀ ਇੱਕ ਵਾਰ ਫੇਰ ਕਰ ਦਿਓ ਜੀ ਥੋੜਾ ਡੌਲਾ ਡੋਲੀਆਂ ਹੱਸਦੀ ਆਉਣਗੀਆਂ ਵੀ ਆ ਕੀ ਕਰੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਜੀ ਵਧੀਆ ਤੁਸੀਂ ਸੁਣਾਓ ਬਸ ਠੀਕ ਠਾਕ ਜੀ ਤੇ ਕੀ ਸੁਣਾਓਗੇ ਜੀ ਸੌਂਗ ਓਏ ਸੁਣਾਓ ਦਿਮਾਗ ਕੀ ਬੱਤੀ ਜਗੀ ਚਲੋ ਆਵੋ ਨੀ ਸਯੋਰਲ ਦੇਵੋ ਨੀ ਵਦਾਈ ਨੀ ਮੈਂ ਵਰ ਪਾਇਆ ਰਾਜਾ ਮਾਹੀ ਨੀ ਮੈਂ ਵਰ ਪਾਇਆ ਰਾਜਾ ਮਾਹੀ ਆਵੋ ਨੀ ਸਯੋਰਲ ਦੇਵੋ ਨੀ ਵਦਾਈ ਨੀ ਮੈਂ ਵਰ ਪਾਇਆ ਰਾਜਾ ਮਾਹੀ ਅੱਜ ਦਾ ਰੋਜ ਮੁਬਾਰਕ ਚੜ੍ਹਿਆ ਨੀ ਰਾਜਾ ਸਾਡੇ ਵੇੜੇ ਵੜਿਆ ਅੱਜ ਦਾ ਰੋਜ ਮੁਬਾਰਕ ਚੜ੍ਹਿਆ ਨੀ ਰਾਜਾ ਸਾਡੇ ਵੇੜੇ ਵੜਿਆ ਹੱਥ ਖੂੰਡੀ ਮੁੱਟ ਕੰਬਲ ਤਰਿਆ ਚਾਕਾਂ ਵਾਲੀ ਸ਼ਕਲ ਬਣਾ ਆਵੋਨੀ ਸਯੋਰਲ ਦੇਵੋਨੀ ਵਦਾਈ ਮੈਂ ਵਰ ਪਾਇਆ ਰਾਜਾ ਮਾਹੀ ਗੀਤ ਤੋਂ ਬਾਅਦ ਹੁਣ ਵੇਲਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਕਿਤੇ ਨਾ ਜਾਇਓ ਹਜੇ ਆਪਾਂ ਮਸਤੀ ਹੋਰ ਕਰਨੀ ਹੈ ਮਿਲਦੇ ਇੱਕ ਛੋਟੇ ਜਿਹੇ ਦੇਖੋ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਕੰਟੀਨੀ ਮੰਡੀਰ ਦੇ ਵਿੱਚ ਜਿਹੜੇ ਲੇਟ ਹੋ ਗਏ ਵੈਸੇ ਤੁਹਾਡੀ ਗਲਤੀ ਹੈ ਜਿਹਨਾਂ ਨੇ ਹੁਣੇ ਹੁਣੇ ਟੀਵੀ ਸੈੱਟ ਆਨ ਕੀਤਾ ਬਈ ਦੱਸ ਦਈਏ SBS ਕਾਲਜ ਆਫ ਨਰਸਿੰਗ ਅੰਮ੍ਰਿਤਸਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਫੁੱਲ ਮਸਤੀ ਕਰਕੇ ਫਨ ਕਰਕੇ ਐਕਟਿੰਗ ਕਰਕੇ ਹੁਣ ਆਪਾਂ ਟੀਚਰ ਸਿਮੰਦਰ ਨਾਲ ਗੱਲ ਕਰਦੇ ਹਾਂ ਸਾਡੇ MD ਅਲਕਾ ਮੈਮ ਸਾਡੇ ਨਾਲ ਨੇ ਜੀ ਤੇ ਉਹਨਾਂ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਿਲਕੁਲ ਵਧੀਆ ਜੀ ਮੈਮ ਕਾਲਜ ਬਾਰੇ ਦੱਸੋ ਜੀ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤੇ ਤੁਸੀਂ ਸਾਡੇ ਕੈਂਪਸ ਦੇ ਵਿੱਚ ਆਏ ਥੈਂਕ ਯੂ ਸੋ ਮਚ ਵੀ ਆਰ ਹਾਈਲੀ ਗ੍ਰੇਟਫੁਲ ਸਾਡਾ SBS ਕਾਲਜ ਆਫ ਨਰਸਿੰਗ 2008 ਤੋਂ ਚੱਲ ਰਿਹਾ ਜੀ ਇੱਥੇ ਇਸੇ ਕੈਂਪਸ ਦੇ ਅੰਦਰ ਔਰ ਸਟਾਰਟਿੰਗ 'ਚ ਸਾਡੇ ਕੋਲ BSc ਨਰਸਿੰਗ GNM ਔਰ ਡਿਪਲੋਮਾ ਕੋਰਸਿਸ ਸੀਗੇ ਜੀ ਚਾਰ ਕੋਰਸਿਸ ਚੱਲ ਰਹੇ ਨੇ ਟੋਟਲ ਪੋਸਟ ਬੇਸਿਕ BSc ਨਰਸਿੰਗ BSc ਨਰਸਿੰਗ GNM ਐਂਡ ANM ਐਂਡ ਹੋਰ ਵੀ ਇਸ ਤੋਂ ਇਲਾਵਾ ਸਾਡੇ ਕੋਲ GNDU ਦਾ ਐਸੋਸੀਏਟਡ ਕਾਲਜ ਹੈਗਾ ਜਿਹਦੇ ਵਿੱਚ BCA BCOM ਔਰ BA ਕੋਰਸਿਸ ਚੱਲਦੇ ਨੇ ਉਹਦੇ ਵਿੱਚ ਵੀ ਫੁੱਲ ਇਨਟੇਕ ਜਾਂਦੀ ਹੈ ਥੈਂਕ ਯੂ ਸੋ ਮਚ ਕਾਲਜ ਦੇ ਪ੍ਰਿੰਸੀਪਲ ਮੈਮ ਸਵਿਤਰੀ ਮੈਮ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਆਫਟਰਨੂਨ ਟੂ ਆਲ ਐਂਡ ਆਲ ਆਈ ਐਮ ਮਿਸਟਰ ਸਾਵਿਤਰੀ ਫਰਮ ਚੇਨਈ ਟੂਡੇ ਦਿਸ ਇਜ਼ ਵੈਰੀ ਲੱਕੀਸਟ ਡੇ ਫਾਰ ਮੀ ਵਾਈ ਯੂ ਨੋ 5 ਇਅਰਸ ਹੈਸ ਬੀਨ ਫਿਨਿਸ਼ ਟੂਡੇ ਫਿਰ ਅੱਜ ਤੱਕ ਕਾਟੋ ਫੁੱਲਾਂ ਦੀ ਹੈ ਜੀ ਤੁਹਾਨੂੰ ਪਤਾ ਜੀ
इसका क्या मतलब है जी काटो फुलना दे? मतलब लैपटॉप ऐसा नहीं नहीं मतलब काटो ही कौन था फ्लावर सर मतलब की बहुत खुशी है जी आज ठीक है चलो हां जी थोनू मिलके बहुत खुशी हुई ठीक है ते मैं कितने टाइम हो गया जी इधर पंजाब च आए 5 साल हो गए आज से अच्छा समझ सारी आउंदी हां जी सर समझ बढ़िया आउंदी बहुत बढ़िया ते जदों नवे आए थे जी 2010 ਦੇ ਵਿੱਚ ਹਾਂਜੀ ਸਰ ਉਦੋਂ ਪ੍ਰੋਬਲਮਸ ਆਈਆਂ ਜੀ ਸਰ ਥੋੜੀ ਲੈਂਗੁਏਜ ਕਰਕੇ ਨਹੀਂ ਸਰ ਥੋੜਾ ਸਾ ਹਾਈ ਇੰਗਲਿਸ਼ ਮਾਲੂਮ ਹੈ ਸੋ ਇੰਗਲਿਸ਼ ਕੇ ਕਾਰਨ ਉਹ ਕੁਝ ਨਹੀਂ ਹੋਗਾ ਹੁਣ ਕਿਹੜੇ ਕਿਹੜੇ ਸ਼ਬਦ ਸਿੱਖੇ ਜੀ ਪੰਜਾਬੀ ਦੇ ਪੰਜਾਬੀ ਤੁਸੀਂ ਹਾਂਜੀ ਦੱਸੋ ਕੋਈ ਗੱਲ ਨਹੀਂ ਉਹ ਵੀ ਅੱਛਾ ਕੋਈ ਵੀ ਗੀਤ ਸੁਣਾਓ ਜੀ ਕੋਈ ਵੀ ਬਹੁਤ ਵਧੀਆ ਤੇ ਜਿਹੜਾ ਆਹ ਨੱਗ ਪਾਇਆ ਜੀ ਪਹਿਲਾ ਇਹ ਕੀ ਦੱਸ ਰਿਹਾ ਜੀ ਕੀ ਕਹਿੰਦੇ ਜੀ ਐਗਜੈਕਟਲੀ ਮੈਨੂੰ ਖੁਦ ਨਹੀਂ ਪਤਾ ਨਾ ਝੂਠ ਨਹੀਂ ਦੱਸੋ ਜੀ ਇਹਦਾ ਪਤਾ ਹੈ ਇਹਦਾ ਨਹੀਂ ਪਤਾ ਪਹਿਲੇ ਦਾ ਪਤਾ ਜੀ ਹਾਂਜੀ ਪਹਿਲੇ ਦਾ ਕੀ ਹੈ ਜੀ ਚਲੋ ਪਹਿਲਾਂ ਦੂਜੇ ਦਾ ਮੈਂ ਆਪ ਹੀ ਲੈ ਜੂੰਗਾ ਜੀ ਮਨੀ ਨਾਲ ਰਿਲੇਟਡ ਆ ਮਨੀ ਨਾਲ ਰਿਲੇਟਡ ਵੀ ਕਾਫੀ ਪੈਸਾ ਆਉਂਦਾ ਇਹ ਪਾਲੋ ਕੋਈ ਕੰਮ ਕਰਨ ਦੀ ਲੋੜ ਨਹੀਂ ਮਾਇਆ ਆਈ ਜਾਏਗਾ ਹਾਰਡ ਵਰਕ ਤਾਂ ਕਰਨਾ ਹੀ ਪੈਂਦਾ ਆ ਪਰ ਨੱਗ ਪਾ ਕੇ ਐਕਸਟਰਾ ਪਲੱਸ ਪੁਆਇੰਟ ਹੋ ਜੂ ਹਾਂਜੀ ਹਾਂਜੀ ਜਿੱਥੇ ਲੱਖ ਹੋਣਾ ਉੱਥੇ 1.5 ਲੱਖ ਬਿਲਕੁਲ ਹੈ ਜੀ ਪੱਕਾ ਬਹੁਤ ਵਧੀਆ ਜੀ ਤੇ ਵਿਆਹ ਹੋ ਗਿਆ ਜੀ ਦੂਜਾ ਨੱਗ ਫਿਰ ਤਾਂ ਹੀ ਹੈ ਜੀ ਨੱਗ ਨੇ ਕਰਾ ਲਾ ਕਿੱਥੋਂ ਪੈਦਾ ਕਰ ਦੇਣਾ ਨਹੀਂ ਸੋਹਣਾ ਵਰਗੀ ਸੋਹਣਾ ਮਿਲੇ ਮਾਈਟ ਵੀ ਹੋ ਸਕਦਾ ਨਹੀਂ ਹੈ ਨਹੀਂ ਹੈ ਹੈ ਨਹੀਂ ਹੈ ਲੰਘ ਜਾਓ ਨਹੀਂ ਹੈ ਬਹੁਤ ਵਧੀਆ ਤਰੱਕੀਆਂ ਇੱਦਾਂ ਹੁੰਦੀਆਂ ਜੀ ਤੇ ਬਾਬਾ ਮਿਹਰ ਕਰੇ ਅੱਛਾ ਤੁਸੀਂ ਡਾਂਟਦੇ ਹੋ ਜੀ ਬੱਚਿਆਂ ਨੂੰ ਕਿ ਨਹੀਂ ਪੂਰਾ ਐਂ ਕਰਦਾ ਜੀ ਵੈਸੇ ਮੈਂ ਟੀਚਰ ਵੈਸੇ ਤਾਂ ਟੀਚਰ ਹੀ ਹੁੰਦਾ ਪਰ ਆਪਾਂ ਇੱਕ ਐਕਟ ਕਰਾਂਗੇ ਵੀ ਤੁਸੀਂ ਇੱਥੇ ਪੜ੍ਹਦੇ ਹੋ ਜੀ ਹਾਂ ਜਿਨ੍ਹਾਂ ਨੂੰ ਤੁਸੀਂ ਪੜ੍ਹਾਉਂਦੇ ਹੋ ਕੋਈ ਵੀ ਇੱਕ ਸਟੂਡੈਂਟ ਉਹ ਅੱਜ ਬਣਦੇ ਤੁਹਾਡੇ ਮੈਡਮ ਓਕੇ ਅਸੀਂ ਤਾਂ ਚੱਲ ਜਾਾਂਗੇ ਜੋ ਬਾਅਦ 'ਚ ਹੋ ਉਹ ਦੇਖੀ ਜਾਊਗਾ ਤੁਸੀਂ ਟੀਚਰ ਹੋ ਜੀ ਐਕਟ ਲਈ ਸਿਰਫ ਇਹ ਤੁਹਾਡੇ ਸਟੂਡੈਂਟ ਨੇ ਆਪਣੀ ਗਲੀ 'ਚ ਹੀ ਹੁੰਦਾ ਕੁੱਤਾ ਸ਼ੇਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਮਨਪ੍ਰੀਤ ਕੌਰ ਹਾਂਜੀ ਗੱਲ ਇਦਾਂ ਹੈ ਜੀ ਮੈਡਮ ਜੀ ਜਿਹੜੇ ਤੁਹਾਡੇ ਸਰਦਾਰ ਸਾਹਿਬ ਹੈ ਜੀ ਉਹਨਾਂ ਨੂੰ ਕਰਦੀ ਆ ਪਸੰਦ ਮੈਂ ਇਹ ਤੇ ਗਲਤ ਹੈ ਯਾਨੀ ਕਿ ਮੈਂ ਰਮਨੀਤ ਕੌਰ ਹਾਂ ਠੀਕ ਹੈ ਜੀ ਹਾਂਜੀ ਕਿੱਧਰ ਬਸ ਇੱਧਰ ਇੱਧਰ ਤੇ ਇੱਧਰ ਮੈਨੂੰ ਲੱਗਦਾ ਕੁਝ ਜ਼ਿਆਦਾ ਹੀ ਇੱਧਰ ਉੱਧਰ ਹੁੰਦੇ ਆ ਵਾ ਜਦੋਂ ਆਪਣਾ ਭਾਂਡਾ ਮਾੜਾ ਹੋਵੇ ਫਿਰ ਉਹਨੂੰ ਸਮਝਾਇਆ ਕਰ ਭਾਂਡਾ ਤੇ ਚੰਗਾ ਬਾਹਰ ਦਾ ਭਾਂਡਾ ਹੀ ਜ਼ਿਆਦਾ ਬੁੜਕਣ ਦਿਆ ਵਾ ਤੁਹਾਡੇ ਨਾਲ ਹੋਇਆ ਵਿਆਹ ਹਾਂਜੀ ਮੈਂ ਕਰਾਂਗੀ ਪੂਰੇ ਚਾਹ ਚਾਹ ਤੇ ਮੈਨੂੰ ਲੱਗਦਾ ਮੈਨੂੰ ਹੀ ਲਾਉਣੇ ਪੈਣੇ ਆ ਤੁਹਾਡੇ ਮੈਂ ਤੁਹਾਡੇ ਨਾਲੋਂ ਵੱਧ ਪਿਆਰ ਕਰਦੀ ਹਾਂ ਉਹਨਾਂ ਨੂੰ ਪਤਾ ਤੁਹਾਨੂੰ ਨਾ ਜੀ ਉਹਨਾਂ ਨੂੰ ਪੁੱਛੋ ਮੈਂ ਤੇ ਸਾਰਾ ਕੁਝ ਪੁੱਛ ਲਿਆ ਹੁਣ ਤੁਸੀਂ ਜਿਹੜਾ ਆਪਣਾ ਨਾਂ ਰੱਖੋ ਮੈਨੂੰ ਬਹੁਤ ਸਵੀਟ ਲੱਗਦੀ ਹੈ ਤੁਹਾਡੇ ਹਸਬੈਂਡ ਸਵੀਟ ਤੇ ਮੈਂ ਮੰਨਦੀ ਆ ਪਰ ਤੁਹਾਨੂੰ ਨਹੀਂ ਲੱਗਣੇ ਚਾਹੀਦੇ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਗੀਤ ਸੁਣਾਓ ਜੀ ਫਿਰ ਉਹ ਮੇਰੀ ਇਤਨੀ ਸੀ ਪਿਪਲੀ ਉੱਤੇ ਸੁੱਕਣ ਦਾ ਡੇਰਾ ਮਾਹੀ ਮੰਗਦੀ ਹੈ ਮੇਰਾ ਮੈਂ ਤਾਂ ਕਦੀ ਵੀ ਨਾ ਦੇਵਾ ਉਹ ਮੇਰੀ ਇਤਨੀ ਸੀ ਪਿਪਲੀ ਕੀ ਨਾਂ ਤੁਹਾਡਾ ਪ੍ਰਭਜੋਤ ਗਾਉਂਦੇ ਹੋ ਜੀ ਹਾਂਜੀ ਗਾਓ ਜੀ ਮਿੱਠਾ ਗੀਤ ਕੋਈ ਵਧੀਆ ਜਿਹੜਾ ਤੁਹਾਡਾ ਫੇਵਰੇਟ ਆ ਉਹ ਸੁਣਾਓ ਜੀ ਮਾਂ ਦਾ ਸੌਂਗ ਬੇਬੇ ਤੇ ਮਾਂ ਤੇ ਕਬਰਾਂ ਵਿੱਚੋਂ ਬੋਲੀ ਮਾਈ
दुख सुख ती नाल बोल नी माए कबरा विचो बोल नी माए दुख सुख ती नाल बोल नी माए आवा ता मैं आवा पाए हो आवा ता मैं आवा पाए आवा केड़े चावाना मां मैं मुड़नी पेके ओना पेके हुंदे पापिया नक भुल वट दिया ने ते वीरे बेवस लग दे ने बुटे बाप दे अथरू माए अंदरों अंदर वग दे ने ओही कर है ओही वेड़ा हो ओही कर है ओही वेड़ा कादा मान परावां दा मां मैं मुड़नी पेके आउणा पेके हुंदे थैंक यू सो मच थैंक यू सो मच की पियोगे मैं पतीली च पाया पानी मेरी सस बड़ी सियाणी तुस की पियोगे एक कप चा तुस की पियोगे एक कप चा मैं चा च पाई लाची मेरी सस फिरे गवाची तुस की पियोगे एक कप चा तुस की पियोगे एक कप चा मैं चा च पाई खंड मेरी सस करे पखंड तुस की पियोगे एक कप चा मैं चा वाली मांजी पतीली मैं सस नू लाची तीली तुस ਸਫ਼ਰ ਸੀਗਾ ਜੀ SBS ਕਾਲਜ ਆਫ ਨਰਸਿੰਗ ਤੋਹੀਆਂ ਕਲ ਅੰਮ੍ਰਿਤਸਰ ਦਾ ਅਗਲੇ ਹਫ਼ਤੇ ਹੋਰ ਮਸਤੀ ਕਰਾਂਗੇ ਜੀ ਇੱਕ ਨਵੇਂ ਕਾਲਜ ਦੇ ਵਿੱਚ ਕੰਟੀਨਿਊਟੀ ਨੂੰ ਪਿਆਰ ਕਰਦੇ ਰਹੋ ਜੀ ਰਵਨੀਤ ਵੱਲੋਂ ਬਾਏ ਬਾਏ ਜੀ थैंक्स फॉर वॉचिंग कंटिन्यू मडीर और MH1 कंटिन्यू मडीर के इस यूट्यूब चैनल में तुसी सब्सक्राइब करो ताकि अगले शोज की जी नोटिफिकेशन हैगी है वो थोड़ा मिलती रहे थैंक यू सो मच